ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਐਵੀ ਗਾਬਾ। ਤੁਸੀਂ ਦੇਖ ਰਹੇ ਹੋ ਕਨੈਕਟ ਐਫ ਐਮ ਕੈਨੇਡਾ 'ਤੇ। ਅੱਜ ਪੋਸਟਰ ਰਿਲੀਜ਼ ਹੋਇਆ ਰਜ਼ਾਏ ਇਸ਼ਕ, ਜਿਸ ਵਿੱਚ ਹਰ ਫਾਰਮਰ ਐਂਡ ਅਨੰਤ ਪ੍ਰਿਆ ਮੇਨ ਲੀਡ ਦੇ ਉੱਤੇ ਹੈ। ਐਂਡ ਅਸੀਂ ਇਸਦਾ ਟ੍ਰੇਲਰ ਦੇਖ ਚੁੱਕੇ ਹਾਂ, ਟ੍ਰੇਲਰ ਬਹੁਤ ਹੀ ਸੋਹਣਾ ਹੈ ਅਤੇ ਕੰਗ੍ਰੈਚੁਲੇਸ਼ਨ। ਇਹ ਫਿਲਮ ਹਜੇ ਆਮ ਲੋਕਾਂ ਤੱਕ ਆਉਣੀ ਹੈ, ਥੀਏਟਰ ਦੇ ਵਿੱਚ ਆਉਣੀ ਹੈ ਅਤੇ ਪਹਿਲਾਂ ਹੀ ਫੈਸਟੀਵਲ ਦੇ ਵਿੱਚ ਕਾਫੀ ਘੁੰਮੀ ਅਤੇ ਅਵਾਰਡ ਵੀ ਜਿੱਤੇ ਨੇ। ਆਈ ਥਿੰਕ ਪਹਿਲੇ ਇਸਦਾ ਨਾਮ ਕੱਲਾ ਰਜ਼ਾ ਸੀਗਾ ਅਤੇ ਉਸ ਤੋਂ ਬਾਅਦ ਰਜ਼ਾਏ ਇਸ਼ਕ ਕੀਤਾ। ਜਿਹੜਾ ਰਜ਼ਾ ਟਾਈਟਲ ਕਿਸੇ ਕੋਲ ਮੌਜੂਦ ਸੀਗਾ, ਕਿਉਂਕਿ ਅਸੀਂ ਜਦੋਂ ਪਹਿਲਾਂ ਫਿਲਮ ਬਣਾਈ ਸੀਗੀ ਮਤਲਬ ਥੀਏਟਰ ਰਿਲੀਜ਼ ਨਹੀਂ ਸੀਗਾ। ਸੋ ਬਾਅਦ ਵਿੱਚ ਜਦੋਂ ਅਸੀਂ ਥੀਏਟਰ ਰਿਲੀਜ਼ ਦਾ ਪਲਾਨ ਬਣਾਇਆ, ਅਸੀਂ ਉੱਥੇ ਸੁਸਾਇਟੀ ਜਿੱਥੇ ਰਜਿਸਟਰ ਹੁੰਦੇ ਟਾਈਟਲ ਉੱਥੇ ਭੇਜਿਆ, ਉੱਥੇ ਮੌਜੂਦ ਸੀਗਾ ਕਿਸੇ ਕੋਲ, ਜਿਨ੍ਹਾਂ ਕੋਲ ਸੀਗਾ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਨਹੀਂ। ਫਿਰ ਅਸੀਂ ਬੜੀ ਸਟਰਗਲ ਕੀਤੀ ਇਹਦੇ ਲਈ ਵੀ ਟਾਈਟਲ ਕੀ ਹੋਣਾ ਚਾਹੀਦਾ। ਫਿਰ ਇਹ ਐਕਸੈਪਟ ਕੀਤਾ ਉਹਨਾਂ ਨੇ, ਉਹਨਾਂ ਨੂੰ ਡਿਸਕ੍ਰਿਪਸ਼ਨ ਲਿਖ ਕੇ ਬਕਾਇਦਾ ਦਿੱਤੀ ਗਈ ਆ ਵੀ ਇਹਦਾ ਮੀਨਿੰਗ ਇਹ ਆ, ਕਿਉਂਕਿ ਪਹਿਲਾਂ ਅਸੀਂ ਇੱਕ ਭੇਜਿਆ ਸੀ ਰਜ਼ਾ ਦੇ ਨਾਲ ਇੱਕ ਹੋਰ ਵਰਡ ਭੇਜਿਆ ਸੀ, ਉਹਨਾਂ ਨੇ ਐਕਸੈਪਟ ਨਹੀਂ ਸੀ ਕੀਤਾ। ਫਿਰ ਅਸੀਂ ਡਿਟੇਲ ਵਿੱਚ ਦੱਸਿਆ ਕਿ ਇਹਦਾ ਮਤਲਬ ਅਤੇ ਇਹਦਾ ਮਤਲਬ ਅਲੱਗ ਆ, ਤਾਂ ਫਿਰ ਉਹ ਐਕਸੈਪਟ ਹੋ ਗਿਆ, ਫਿਰ ਇਹਦਾ ਨਾਂ ਰਜ਼ਾ ਇਸ਼ਕ ਕਰ ਦਿੱਤਾ। ਹਾਂਜੀ। ਐਂਡ ਅਨੰਤ ਪ੍ਰਿਆ, ਆਨੰਦ ਲੈ ਰਹੇ ਤੁਸੀਂ ਜ਼ਿੰਦਗੀ ਦੇ? ਆਫ ਕੋਰਸ, ਆਲਵੇਜ਼ ਆਲਵੇਜ਼। ਸੋ ਮੈਨੂੰ ਇਸਦੀ ਇੱਕ ਗੱਲ ਖਾਸ ਲੱਗੀ ਹੈ ਕਿ ਇਸ ਦੇ ਵਿੱਚ ਜੋ ਮੇਨ ਲੀਡ ਹੈ ਨਾ, ਦੋਨਾਂ ਦੇ ਮੈਨੂੰ ਐਕਸਪ੍ਰੈਸ਼ਨ ਬਹੁਤ ਸੋਹਣੇ ਲੱਗਦੇ ਆ। ਅਸੀਂ ਤੁਹਾਡੀ ਵੀਡੀਓਜ਼ ਵਗੈਰਾ ਕੋਈ ਇੰਸਟਾਗ੍ਰਾਮ 'ਤੇ ਦੇਖਦੇ ਹਾਂ, ਕਾਫੀ ਟਾਈਮ ਤੋਂ ਮੈਂ ਤੁਹਾਨੂੰ ਇੰਸਟਾ 'ਤੇ ਫੋਲੋ ਕਰ ਰਿਹਾ ਹੈ ਨਾ, ਅਤੇ ਉੱਥੇ ਦੇਖਦੇ ਹਾਂ, ਉੱਥੇ ਤੁਹਾਡੇ ਐਕਸਪ੍ਰੈਸ਼ਨ ਹਮੇਸ਼ਾ ਬਹੁਤ ਵਧੀਆ ਲੱਗਦੇ ਆ। ਐਂਡ ਤੁਸੀਂ ਲੁੱਕ ਦੇ ਨਾਲ ਬਹੁਤ ਖੇਡਦੇ ਹੋ ਆਪਣੀ, ਇਸਦਾ ਕੀ ਰੀਜ਼ਨ? ਕੀ ਕਰੀਏ ਜੀ, ਹੁਣ ਵਿਹਲੇ ਆ। ਨਹੀਂ ਵੈਸੇ ਮੈਨੂੰ ਆਦਤ ਹੈ ਜੀ, ਮਜ਼ਾਕ ਕਰਦਾ ਰਹਿੰਦਾ ਮੈਂ ਵਿੱਚ ਵਿੱਚ, ਹੁਣ ਵੀ ਕੁਛ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਐਵੇਂ। ਐਂਡ ਕੰਗਰੈਚੁਲੇਸ਼ਨ, ਨੈੱਟਫਲਿਕਸ ਦੇ ਉੱਤੇ ਤੁਸੀਂ ਛਾਏ ਹੋਏ ਹੋ, ਕੋਹਰਾ ਫਿਲਮ ਜੋ ਕੋਹਰਾ ਵੈਬ ਸੀਰੀਜ਼ ਜੋ ਹੈ ਉਸਨੂੰ ਵੀ ਕਾਫੀ ਪਿਆਰ ਮਿਲਿਆ, ਅਤੇ ਹੁਣ ਜਿਹੜੀ ਆਹ ਫਿਲਮ ਹੈ ਨਾ, ਤੁਹਾਨੂੰ ਕਿਤੇ ਇੱਦਾਂ ਲੱਗਣ ਲੱਗ ਪਿਆ ਕਿ ਹੁਣ ਜਿੱਥੇ ਮੈਂ ਹੋਊਂਗੀ ਉਹ ਚੀਜ਼ ਹਿੱਟ ਜਾਊਗੀ? ਇੱਦਾਂ ਦਾ ਤਾਂ ਮੈਂ ਵੈਸੇ ਮੈਂ ਕਦੇ ਵੀ ਹਿੱਟ ਬਾਰੇ ਮਤਲਬ ਨਹੀਂ ਸੋਚਦੀ, ਮੈਂ ਇਨਫੈਕਟ ਰਿਜ਼ਲਟ ਨਹੀਂ ਸੋਚਦੀ, ਮੈਂ ਜਦੋਂ ਜੋ ਵੀ ਕੰਮ ਕਰਦੀ ਹਾਂ ਮੈਂ ਉਸ ਟਾਈਮ ਉਹਦੇ ਵਿੱਚ ਪ੍ਰੈਜੈਂਟ ਹੁੰਦੀ ਹਾਂ ਅਤੇ ਉਹਨੂੰ ਇੰਜੋਏ ਕਰਦੀ ਹਾਂ, ਦੈਟਸ ਇਟ। ਰਿਜ਼ਲਟ ਤਾਂ ਮਤਲਬ ਹੁਣ ਦੇਖੋ 2 ਸਾਲ ਬਾਅਦ ਇਹ ਰਿਲੀਜ਼ ਹੋ ਰਹੀ ਹੈ ਫਿਲਮ, ਅਤੇ ਫਲੋਪ ਜਿਹੜੀ ਵੀ ਚੀਜ਼ਾਂ ਹੁੰਦੀਆਂ ਨੇ, ਵਰਡਸ ਨੇ, ਉਹ ਆਪਣੀ ਸੈਟਿਸਫੈਕਸ਼ਨ ਹੈ ਨਾ, ਤੁਸੀਂ ਕਿਸ ਚੀਜ਼ ਨੂੰ ਮੰਨਦੇ ਆ। ਹੁਣ ਸਾਡੇ ਲਈ, ਮੇਰੇ ਲਈ ਤਾਂ ਇਹ ਹਿੱਟ ਆ, ਹੈ ਨਾ ਜੀ, ਕਿਉਂਕਿ ਮੈਂ ਪੂਰੀ ਵਫਾਦਾਰੀ ਨਾਲ ਆਪਾਂ ਕੰਮ ਜਿੰਨਾ ਵੀ ਨਿਭਾਏ, ਇਹਨਾਂ ਨੇ ਨਿਭਾਇਆ, ਮੈਂ ਨਿਭਾਇਆ, ਬਾਕੀਆਂ ਨੇ ਨਿਭਾਇਆ, ਸਾਰਿਆਂ ਨੇ ਵਫਾਦਾਰੀ ਨਾਲ ਕੰਮ ਨਿਭਾਇਆ, ਹੈ ਨਾ, ਸਾਡੇ ਲਈ ਉਹ ਹਿੱਟ ਆ, ਹੈ ਨਾ। ਹੁਣ ਕਿਸੇ ਚੀਜ਼, ਮੈਂ ਪਾਣੀ ਪੀਤਾ, ਤੁਹਾਨੂੰ ਪਾਣੀ ਦਾ ਸਵਾਦ ਕੁਛ ਹੋਰ ਹੈ, ਮੇਰੇ ਲਈ ਕੁਛ ਹੋਰ ਹੈ, ਕਿਸੇ ਹੋਰ ਲਈ ਕੁਛ, ਹਰੇਕ ਬੰਦੇ ਦਾ ਆਪਣਾ ਆਪਣਾ ਸਵਾਦ ਆ, ਉਹ ਵੱਖਰੀ ਗੱਲ ਆ ਜੀ। ਸਾਡੇ ਲਈ ਹਿੱਟ ਆ, ਆਪਾਂ ਹਿੱਟ ਹਾਂ ਜੀ, ਇਹ ਵੀ ਮੌਜੂਦ ਨੇ ਹਿੱਟ ਆ, ਅਸੀਂ ਮੈਂ ਮੌਜੂਦ ਹੈ ਤਾਂ ਵੀ ਹਿੱਟ ਆ। ਮੈਨੂੰ ਲੱਗਦਾ ਕਈ ਵਾਰੀ ਨਾ ਅਸੀਂ ਡੈਸਟੀਨੇਸ਼ਨ 'ਤੇ ਜ਼ਿਆਦਾ ਫੋਕਸ ਕਰਦੇ ਨੇ, ਜਿਹੜੀ ਹਾਂਜੀ ਜਿਹੜੀ ਜਰਨੀ ਹੈ ਉਹ ਇੰਜੋਏ ਕਰਨੀ ਚਾਹੀਦੀ ਹੈ, ਉਹ ਪ੍ਰਾਇਮਰੀ ਹੈ, ਬਿਕੋਜ਼ ਉਹੀ ਐਕਸਪੀਰੀਅੰਸ ਹੈ ਤੁਹਾਡੇ ਨਾਲ ਰਹਿੰਦਾ, ਜਿਹੜੇ ਸਕਸੈਸ ਫੇਲੀਅਰ ਹੈ ਨਾ ਉਹ ਆਉਂਦੀ ਜਾਂਦੀ ਰਹਿੰਦੀ ਹੈ। ਈਵਨ ਜਿਹੜੀ ਕੋਈ ਵੀ ਬਹੁਤ ਹੀ ਮੈਗਨੀਫਿਸੈਂਟ ਮੂਵਮੈਂਟ ਹੈ ਨਾ, ਤੁਸੀਂ ਕੋਈ ਅਵਾਰਡ ਜਿੱਤ ਰਹੇ ਹੋ ਜਾਂ ਕੋਈ ਬਹੁਤ ਹੀ ਸਕਸੈਸਫੁਲ ਮੂਵਮੈਂਟ 'ਚੋਂ, ਅਤੇ ਉਹ ਇੱਦਾਂ ਬੀਤ ਜਾਂਦਾ ਹੈ। ਬਟ ਜਿਹੜੀ ਮੈਂ ਹੁਣ ਮਤਲਬ ਜਿੰਨਾ ਟਾਈਮ ਲਾ ਕੇ ਜਿਹੜੇ ਪ੍ਰੋਸੈਸ 'ਚ ਰਹੀ ਹਾਂ ਜਾਂ ਇੰਨਾ ਸ਼ੂਟ ਕੀਤਾ ਹੈ ਸਾਰਾ, ਉਹ ਮੇਰੇ ਨਾਲ ਰਹੂਗਾ ਹਮੇਸ਼ਾ। ਓਕੇ, ਅੱਛਾ, ਤੁਸੀਂ ਨਾ ਇੱਕ ਗੱਲ ਕਰ ਰਹੇ ਸੀਗੇ ਅੰਦਰ ਕਾਨਫਰੰਸ ਦੇ ਵਿੱਚ ਕਿ ਮੈਂ ਹਜੇ ਵੀ ਥੀਏਟਰ ਕਰਦੀ ਹਾਂ, ਹੈ ਨਾ। ਕਈ ਆਰਟਿਸਟ ਇੱਦਾਂ ਹੁੰਦੇ ਆ, ਉਹਨਾਂ ਨੂੰ ਲੱਗਦਾ ਕਿ ਯਾਰ ਅਸੀਂ ਸਿੱਖ ਲਿਆ ਜਿੰਨਾ ਸਿੱਖਣਾ ਸੀਗਾ ਥੀਏਟਰ ਤੋਂ, ਹੈ ਨਾ, ਜਾਂ ਫਿਰ ਅਸੀਂ ਸਾਰੀਆਂ ਚੀਜ਼ਾਂ ਗ੍ਰੈਬ ਕਰ ਲਈਆਂ, ਹੁਣ ਜੇ ਸਾਨੂੰ ਫਿਲਮਾਂ ਮਿਲਦੀਆਂ ਤਾਂ ਅਸੀਂ ਉਹਦੇ ਵੱਲ ਧਿਆਨ ਦਈਏ, ਹੈ ਨਾ। ਤੁਹਾਨੂੰ ਕਿਉਂ ਇੱਦਾਂ ਜ਼ਰੂਰੀ ਲੱਗਦਾ ਕਿ ਮੇਰਾ ਹਜੇ ਵੀ ਥੀਏਟਰ ਕਰਨਾ ਜ਼ਰੂਰੀ ਹੈ? ਆਈ ਡੋਂਟ ਥਿੰਕ ਮੈਨੂੰ ਸਿਰਫ ਸਿੱਖਣ ਲਈ ਥੀਏਟਰ ਕਰਨਾ ਜ਼ਰੂਰੀ ਹੈ, ਬਟ ਮਤਲਬ ਜਿਹੜਾ ਮੇਰਾ ਸਾਰਾ ਪਿਆਰ ਹੈ ਆਰਟ ਨਾਲ, ਉਹ ਥੀਏਟਰ ਦੇ ਵਿੱਚ ਹੀ ਡਿਵੈਲਪ ਹੋਇਆ। ਅਨੀਤਾ ਮੈਮ ਨਾਲ ਹੀ ਇਨਫੈਕਟ ਮੈਂ ਸਟਾਰਟ ਕੀਤਾ ਸੀ, ਐਜ਼ ਅ ਚਾਇਲਡ ਮੈਂ ਵਰਕਸ਼ਾਪਸ ਕਰਦੀ ਸੀ, ਅਤੇ ਆਈ ਫੀਲ ਰੀਅਲੀ ਅਲਾਈਵ, ਮਤਲਬ ਮੈਂ ਸਭ ਤੋਂ ਜ਼ਿਆਦਾ ਜਿਹੜਾ ਅਲਾਈਵ ਹੈ ਉਹ ਸਟੇਜ 'ਤੇ ਹੀ ਫੀਲ ਕਰਦੀ ਹਾਂ, ਮੇਰਾ ਪਹਿਲਾ ਪਿਆਰ ਸਟੇਜ ਹੈ, ਅਤੇ ਮੈਨੂੰ ਲੱਗਦਾ ਕਿ ਜੋ ਮੈਜਿਕ ਉੱਥੇ ਕ੍ਰੀਏਟ ਹੁੰਦੇ ਨਾ, ਜਦੋਂ ਆਡੀਅੰਸ ਸਾਹਮਣੇ ਹੈ, ਸਭ ਕੁਛ ਜਸਟ ਇਨ ਦ ਮੂਮੈਂਟ ਹੈ, ਤੁਸੀਂ ਉੱਥੇ ਪ੍ਰੈਜੈਂਟ ਹੋ ਤਾਂ ਹੀ ਤੁਸੀਂ ਉਹ ਚੀਜ਼ ਐਕਸਪੀਰੀਅੰਸ ਕਰ ਸਕਦੇ ਹੋ, ਅਤੇ ਉਹ ਇੱਕ ਅਲੱਗ ਹੀ ਆਰਟ ਫੋਰਮ ਹੈ, ਉਹਦਾ ਜਿਹੜਾ ਮੈਜਿਕ ਹੈ ਮੇਰੇ ਲਈ, ਉਹ ਕਦੇ ਉਹਦਾ ਚਾਰਮ ਖਤਮ ਨਹੀਂ ਹੋਊਗਾ। ਆਈ ਵੁੱਡ ਵਾਂਟ ਟੂ ਡੂ ਥੀਏਟਰ ਟਿਲ ਆਈ ਡਾਈ। ਓਕੇ ਭਾਅ ਜੀ, ਜਿਹੜੀ ਨੋਰਮਲ ਫਿਲਮ ਹੁੰਦੀ ਹੈ ਅੱਜ ਕੱਲ੍ਹ ਪੰਜਾਬੀ, ਨਹੀਂ 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 ਮੈਂ ਉਹੀ ਗੱਲ ਕਰ ਰਿਹਾ, ਪਸੰਦ ਦੇ ਸਵਾਲ ਪੁੱਛਣਗੇ, ਪੂਰੇ ਰਿਸਰਚ ਕਰਕੇ ਆਇਆ। ਓਕੇ, ਜਿਹੜੀ ਪਕਾਈ ਮਾਰ ਰਿਹਾ ਯਾਰ, ਵਿੱਚ ਵਿੱਚ ਪਕਾਈ ਮਾਰਦਾ, ਮੈਨੂੰ ਲੱਗਦਾ ਕਿ ਭਾਅ ਜੀ ਜ਼ਿਆਦਾ ਬੋਲਦੇ ਆ ਸ਼ਾਇਦ, ਹੈ ਨਾ, ਇਹ ਕੋਈ ਗੱਲ ਕਰ ਰਹੇ ਹੋ, ਇਹਨਾਂ ਨੂੰ ਹੁੰਦਾ ਕਿ ਮੇਰੀ ਗੱਲ ਸੁਣ ਲਓ, ਐਕਸਾਈਟਿਡ ਜ਼ਿਆਦਾ ਭਾਅ ਜੀ। ਉਹਨਾਂ ਦੀ ਗੱਲ ਵਿੱਚ ਮੈਨੂੰ ਗੱਲ ਕੁਛ ਆਉਂਦਾ ਹੈ ਤਾਂ ਮੈਂ ਕਰਦਾ, ਪਰ ਕੋਈ ਚੱਕਰ ਨਹੀਂ ਹੈਗਾ ਮੇਰੇ ਆਪ ਅਸਲ 'ਚ ਕੀ ਆ, ਬੋਲ ਜ਼ਿਆਦਾ ਨਹੀਂ ਨਹੀਂ, ਜਿਹੜੀ ਇਹਨਾਂ ਦੀ ਕੌਨਸ਼ੀਅਸ ਆ, ਇਹਨਾਂ ਦੀ ਆਪਣੀ ਆ ਫਿਲਮ ਦੇ ਪ੍ਰਤੀ, ਮੇਰਾ ਕੁਛ ਹੋਰ ਤਜਰਬਾ ਆ, ਉਹੀ ਜਿਹੜਾ ਪਹਿਲਾਂ ਦੱਸਿਆ ਕਿ ਹਿੱਟ ਫਲੋਪ ਜਿਹੜੀ ਚੀਜ਼ਾਂ ਨਾ, ਹੁਣ ਇਹਨਾਂ ਦਾ ਫਿਲਮ ਦੇ ਲਈ ਹੋਰ ਤਜਰਬਾ ਆ, ਜਾਣਾ ਤਾਂ ਆਪਾਂ ਉੱਥੇ ਤੱਕ ਹੀ ਆ, ਬਟ ਇਹ ਹੋਰ ਢੰਗ ਨਾਲ ਦੱਸ ਰਹੇ ਹੋ, ਇਹ ਮੇਰਾ ਢੰਗ ਦੱਸਣ ਦਾ ਹੋਰ ਆ, ਕਿਉਂਕਿ ਮੈਂ ਹੋਰ ਕੁਛ ਕੀਤਾ, ਕਿਉਂ ਮੈਂ ਨਾ ਥੀਏਟਰ ਵਾਲਾ ਤੁਹਾਨੂੰ ਦੱਸਿਆ,
है ना, ये चीज़ का बड़ा फर्क पैंदा है ना कि तुसी थिएटर नहीं किया होया तो एक ऐसा कैरेक्टर जो वो चीज़ लगाइया गई मेरिया उन्होंने भी दिन मैं इन्हों के नाल प्रोपर रोज़ जो असी करते सके जी हरेक आर्टिस्ट के नाल जिन्हें भी है जिन्हों का ना मेरे डायलॉग से उन्होंने नाल असी प्रैक्टिस करते सके। हाँ जी प्रैक्टिस रोज़ 20 दिन इस करके थानू दिक्कत नहीं आई। नहीं तो अजकल जिहड़ी नॉर्मल फिल्म होवे है ना आम आम जिंदगी दियां फिल्मां होंदियां पंजाबी फिल्मां दे विच है ना कि आम गल्लां करदे आ कि सानू हासा आउंदा आ पर ये फिल्मां जो एक किताब चो लीती गई है ना जो पिछली चीज़ां दिखाइया गई आ सो उस दे लई मैनूं लगदा कि कल्ली कल्ली चीज़ दे उत्ते ध्यान देना पैंदा होणा आ। सो शूट दे दौरान भी इदां होया कि यार आह चीज़ मैं इदां कीती सीगी या आह चीज़ मैनूं इदां कौन समझाऊगा? नहीं असल विच की है जिद्दां हुण इन्हां ने मैं इहदा मेरा ये मनना आ कि जिहड़ी फिल्म आ उह हमेशा डायरैक्टर दी हुंदी आ हमेशा डायरैक्टर की। मैं जो कभी भी करैक्टर मैं फिल्म इन्ना तो मैं करता नहीं चलो जिन्ना भी करदा मैं ये कहना उन्हें भी भाई मैं करा दो की करवा चाहते हैं मैनू नहीं आता कुछ भी सच्ची नहीं मैनू आता जी इन्होंने जिन्ना करा कहा उन्ना किया आप तोते हाँ मगर मगर बोलना जो डायरैक्टर असल च हो कमांडर आदि सिर पर होंगे सारा कुछ उन्होंने सिखा करवा सो उन्हों की फिल्म है। हाँ जी बेस्ट ऑफ लक थानू इस फिल्म दे लई एक विच क्योंकि मैं किरदार किसी का मैं निभा रहा हूँ मेरे हड्डा च रचूगा तद ही मैं निभा पाऊँगा ना उसी वेले जाके तो मैं निभा नहीं सकता जी एक मेरे वैसे ही मैनू अपन पढ़न की बहुत घट आदत याद नहीं रखता फिर पहले ही इन्होंने रटा दता पर जो असं थोड़िया फोटोज़ देखते हैं ना इंस्टाग्राम वगैरह तो है ना सो इदा लगता कि तुम बहुत ज़्यादा लिटरेचर पढ़ते हो क्योंकि खेतों के थोड़ी फोटो होंगी है या फिर बहुत मंजे पर बैठे हो किताबा फड़िया भी हुई कुछ इदा दोटोज भी तो जो तुम फोटोग्राफी करते ना मैं पंजाब का पिंड का जम पलिया वो सारिया चीज़ा मैं देखिया हुई हूँ जो मेरे हाथ कैमरा लगा मैं उन्होंने रीक्रिएट कर मैं समा नहीं लगना क्योंकि मैं देखा हो सारा कुछ उसके थ्रू उदो कैमरा है नहीं हूँ कैमरा है मेरे को रीक्रिएट किया जा सकता हूँ मैं जाके किसी होर कल्चर च बना जाऊँगा पहला मैं उतना पढ़ना पेगा इतने सौखा ता करके पंजाब से हाँ वी अच्छा आनंद प्रिया तुम इन्होंने को फोटोशूट करवाया कि एक मेरा फोटोशूट भी कर दो इन्होंने मेरी थोड़ी पिक्चर खिंचा मतलब गाने का शूट सिखा दो नहीं गाने का ही शूट से आई थिंक सा ਤੇ ਉਦੋਂ ਥੋੜਾ ਸਾਡੇ ਕੋਲ ਟਾਈਮ ਸੀਗਾ ਤੇ ਉਦੋਂ ਮਤਲਬ ਸੈਟਅਪ ਹੋ ਰਿਹਾ ਸੀ ਤਾਂ ਏਰੀਆ ਬੜਾ ਸੋਹਣਾ ਸੀਗਾ ਇੱਕ ਵੇਦੀ ਚ ਸਭ ਤੋਂ ਪਹਿਲੇ ਮੈਂ ਫੋਟੋਗ੍ਰਾਫੀ ਵਾਲਾ ਬੰਦਾ ਪਹਿਲੀ ਵਾਰ ਇਸ ਫਿਲਮ ਦੀ ਕੋਈ ਪੋਸਟਰ ਨਹੀਂ ਸੀ ਖਿੱਚੀ ਫੋਟੋ ਖਿੱਚੀ ਨਹੀਂ ਸੀਗੀ ਉਹ ਫਿਲਮ ਚੋਂ ਸਟਿਲ ਲਏ ਹੋਏ ਆਪਾਂ ਓਕੇ ਹਾਂ ਮਿਸਡ ਆਈ ਮਿਸਡ ਇਟ ਪਹਿਲੀ ਵਾਰ ਹੋਇਆ ਮੇਰੇ ਨਾਲ ਜਦੋਂ ਕਿ ਪੋਸਟਰ ਪਹਿਲਾਂ ਹੁੰਦਾ ਆ ਸਾਡੀ ਫਿਲਮ ਬਣ ਚੁੱਕੀ ਸੀ ਪੋਸਟਰ ਉਹ ਤੋਂ 2 ਮਹੀਨੇ ਬਾਅਦ ਬਣਵਾਉਣਾ ਸ਼ੁਰੂ ਕੀਤਾ ਹਾਂ सो बेस्ट विशेज थानू इस फिल्म दे लई फिल्म अवार्ड तो जीती चुकी है तो हुण जदों थिएटर दे विच आवे सारयां दे दिल भी जीते 2 महीने जी डिसाइड करो प्लीज़ नहीं तुसी देखण दे जरूर आयो तुहानू जो भी फील होया तुसी सानू अपना फीडबैक दिओ ते प्लीज़ तुसी ये फिल्म जरूर देखियो थैंक यू।